वैब टीवी समूह दर्शकों का स्वागत है। मैं हाँ जतेंद्र गद, मेरे नाल ने विनीत गोयल। असी पहुँचे हाँ बटाला दे गांधी चौंक, जिथे अज बटाला पूरी तरह बंद किया गया है। तो वख वख पार्टियां जिहड़ियां इत्थे धरना लगाया है गया है। उन्हां दी मंग है कि बटाला जिहड़ा है जिला बनाया जाए। करीब 30 साल तो पुरानी जिहड़ी मंग है उहनूं लै के जड़ा है बटाला अज पूर्णता बंद किया गया है। जिथे शहरां च हड़ताल चल, पूरे शहर च हड़ताल चल रही है, उत्थे बाहर जड़े करीब जड़े बाईपास ने उत्थे भी बंद किए गए ने। तुहानू इह दस देना चाहते हाँ कि सुरेंद्र सिंह कलसी जड़े ने पिछले लंबे समय तो जिले की मंग नू लै के लगातार धरने प्रदर्शन कर रहे ने। ते हुण पिछले हफ्ते तो सुरेंद्र कलसी जी उन्हां दे नाल विजय तरेन जी लोक इंसाफ पार्टी दे ते शिवसेना बाल ठाकरे दे रमेश नैयर जी जड़े ने उन्हां दी तिन्हां दी अगवाई जड़े है कि ये जड़े भुख हड़ताल रखी गई सी। ते भुख हड़ताल तो बाद अज जड़ा है पूर्णता बटाले नूं जिला बनाने की मंग नूं लै के अज होर भी लोग वकील ते हो समाजिक जथेबंदियां ते राजनीतिक पार्टियां ने भी इत्थे आके धरने च शमूलियत की गई है कि बटाले नूं जल्दी तो जल्दी जिला बनाया जाए। ਤਰਨੇ ਦੇ ਬੈਠੇ ਪ੍ਰਦਰਸ਼ਨਕਾਰੀਆਂ ਨਾਲ ਅਸੀਂ ਗੱਲਬਾਤ ਕਰਾਂਗੇ ਹੁਣ। ਨਿਰਮਲ ਡਡਵਾਲ ਅਕਾਲੀ ਦਲ ਤੋਂ। ਹਾਂਜੀ ਤੇ ਅਸੀਂ ਇਹ ਕਹਿੰਦੇ ਹਾਂ ਕਿ ਆਪਣੇ ਬਟਾਲੇ ਨੂੰ ਜ਼ਿਲ੍ਹਾ ਬਣਾਉਣਾ ਚਾਹੀਦਾ। ਅੱਗੇ ਵੀ ਕਿੰਨੇ ਵਾਰੀ ਧਰਨਾ ਦਿੱਤਾ, ਹੁਣ ਵੀ ਅਸੀਂ ਭੁੱਖ ਹੜਤਾਲ ਤੇ ਬੈਠੇ ਹੋਏ ਹਾਂ। ਤ੍ਰੇਣ ਸਾਹਿਬ ਜੀ, ਨੇਹਰ ਸਾਹਿਬ ਜੀ, ਹੋਰਨਾਂ ਦਾ ਮੈਨੂੰ ਤਾਂ ਕੁਛ ਨਾਮ ਨਹੀਂ ਆਉਂਦਾ। ਮੇਰਾ ਕਹਿਣ ਦਾ ਮਤਲਬ ਕਿ ਇਹਨੂੰ ਜ਼ਿਲ੍ਹਾ ਬਣਾਉਣਾ ਚਾਹੀਦਾ। ਆਪਣੇ ਚੰਨੀ ਸਾਹਿਬ ਨੂੰ ਵੀ ਸੋਚੋ ਜਾ ਕੇ, ਪਹਿਲਾਂ ਕੈਪਟਨ ਸਾਹਿਬ ਦੇ ਅੱਗੇ ਅਸੀਂ ਰੋਣੇ ਰੋਂਦੇ ਰਹੇ ਹਾਂ, ਹੁਣ ਚੰਨੀ ਸਾਹਿਬ ਨੂੰ ਕਹਿਣ ਡੇ ਹਾਂ ਕਿ ਇਹ ਸਾਡੀ ਜਿਹੜੀ ਬੇਨਤੀ ਆ ਸੁਣਨੀ ਚਾਹੀਦੀ ਹੈ। ਪਹਿਲੇ ਅਕਾਲੀ ਸਰਕਾਰ ਵੀ ਸੀ, ਤੁਹਾਡੀ ਸਰਕਾਰ ਵੀ ਸੀ, ਉਦੋਂ ਵੀ ਨਹੀਂ ਬਣਿਆ, ਕੀ ਕਾਰਨ? ਕਾਰਨ ਇਹ ਹੈ ਕਿ ਹਰ ਵਾਰੀ ਟਾਲ ਮਟੋਲੀ ਹੁੰਦਾ ਹੈਗਾ, ਚਾਹੇ ਆਪਣੀ ਅਕਾਲੀ ਸਰਕਾਰ ਹੈ। ਹੁਣ ਤਾਂ ਇਸ ਟਾਈਮ 'ਤੇ ਤਾਂ ਸਰਕਾਰ ਇਹਨਾਂ ਦੀ ਕਾਂਗਰਸ ਦੀ ਹੈ, ਜੋ ਸਾਡੀ ਸਰਕਾਰ ਆਈ ਹੈ ਅਸੀਂ ਦੇਖਾਂਗੇ। ਮੇਰਾ ਨਾਂ ਜੀ ਆਜ਼ਾਦ ਪਾਰਟੀ ਦਾ, ਮੈਂ ਸਟੇਟ ਦਾ ਪ੍ਰੈਜ਼ੀਡੈਂਟ ਹਾਂ, ਸੁਰਿੰਦਰ ਸਿੰਘ ਕਲਸੀ, ਸ਼ੁਕਰਪੁਰਾ। ਕਲਸੀ ਸਾਹਿਬ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਸੰਘਰਸ਼? ਸਾਨੂੰ ਤਕਰੀਬਨ 25-26 ਸਾਲ ਹੋ ਗਏ ਜੀ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਵਾਸਤੇ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਹਾਂ। ਅਤੇ ਕੀ ਕਾਰਨ ਹੈ, ਅਸਲ ਕੀ ਕਾਰਨ ਹੈ, ਬਟਾਲਾ ਕਿਉਂ ਨਹੀਂ ਜ਼ਿਲ੍ਹਾ ਬਣਿਆ? ਅਸਲ ਕਾਰਨ ਇਹ ਹੈ ਵੀ ਜਿਹੜੇ ਸਾਡੇ ਇੱਥੋਂ ਦੇ ਲੋਕਲ ਜਾਂ ਪੁਲਿਸ ਜ਼ਿਲ੍ਹਾ ਬਟਾਲੇ ਨਾਲ ਸੰਬੰਧਿਤ, ਕਾਂਗਰਸ ਨਾਲ ਸੰਬੰਧਿਤ ਹੋਣ ਜਾਂ ਅਕਾਲੀ ਦਲ ਅਕਾਲੀ ਭਾਜਪਾ ਨਾਲ ਸੰਬੰਧਿਤ ਹੋਣ, ਉਹਨਾਂ ਨੇ ਆਪਣੀਆਂ ਮਤਲਬ ਕਿ ਨਿੱਜੀ ਸਵਾਰਥਾਂ ਕਰਕੇ ਸਿਆਸੀ ਰੋਟੀਆਂ ਸੇਕਦੇ ਹੋਏ ਅੱਜ ਤੱਕ ਇੰਨਾ ਸਮਾਂ ਲੰਘ ਗਿਆ ਬਟਾਲਾ ਜ਼ਿਲ੍ਹਾ ਬਣਾਉਣ ਦੀ, ਅੱਜ ਤੱਕ ਕਿਸੇ ਨੇ ਕੋਈ ਉਹ ਅਪਰਾਧਾ ਨਹੀਂ ਕੀਤਾ ਨਾ ਕੋਈ ਸਟੇਟਮੈਂਟ ਦਿੱਤੀ ਆ। ਕਲਸੀ ਸਾਹਿਬ ਅੱਜ ਕਿਹੜੀਆਂ ਕਿਹੜੀਆਂ ਪਾਰਟੀਆਂ ਤੁਹਾਡੇ ਨਾਲ? ਤਕਰੀਬਨ ਸਾਡੇ ਨਾਲ ਜਿੰਨੀਆਂ ਵੀ ਮਤਲਬ ਕਿ ਕਿਰਤੀ ਕਿਸਾਨ ਯੂਨੀਅਨ ਜਾਂ ਹੋਰ ਮਜ਼ਦੂਰ ਯੂਨੀਅਨ ਜਾਂ ਬਾਰ ਐਸੋਸੀਏਸ਼ਨ, ਸਾਰੀ ਹੋਰ ਜਥੇਬੰਦੀਆਂ ਜਿੰਨੀਆਂ ਨੇ, ਭੱਠਾ ਮਜ਼ਦੂਰ ਯੂਨੀਅਨ ਹੋਈ, ਸੋਝੇ ਵਿੱਦਿਅਕ ਵਪਾਰਕ ਅਤੇ ਧਾਰਮਿਕ ਜਥੇਬੰਦੀਆਂ ਜਿਹੜੀਆਂ ਨੇ ਰਾਜਨੀਤਿਕ ਸਾਰੀਆਂ, ਉਹ ਬਟਾਲਾ ਵਾਸੀ ਜਿਹੜੇ ਨੇ ਸਾਰੇ ਉਹ ਸਾਡਾ ਸਹਿਯੋਗ ਕਰਕੇ ਬੈਠੇ ਨੇ। ਕਲਸੀ ਸਾਹਿਬ ਇਹ ਸਰਕਾਰ ਦਾ ਸਮਾਂ ਘੱਟ ਰਹਿ ਗਿਆ ਅਤੇ ਤੁਹਾਡਾ ਸੰਘਰਸ਼ ਵੀ ਤੇਜ਼ ਹੋ ਗਿਆ, ਜੇ ਜ਼ਿਲ੍ਹਾ ਨਹੀਂ ਬਣਦਾ ਦੈਨ ਕੀ ਹੋਏਗਾ? ਮੈਨੂੰ 100% ਆਸ ਹੈ ਜਿਹੜੇ ਚੰਨੀ ਸਾਹਿਬ ਇੱਥੇ ਆਏ ਨੇ, ਮਤਲਬ ਸੰਤੋਖ ਸਿੰਘ ਰੰਧਾਵਾ ਦੇ ਪਿਤਾ ਨੂੰ ਸ਼ਰਧਾਂਜਲੀ ਦੇਣ। ਹੋ ਸਕਦਾ ਵਾ ਵੀ ਬਾਬੇ ਨਾਨਕ ਨੇ ਉਹਨਾਂ ਨੂੰ ਇੱਥੇ ਭੇਜ ਦਿੱਤਾ ਹੋਵੇ ਅੱਗੇ, ਅਤੇ ਕਦੇ ਇੱਥੇ ਇਹ ਮਤਲਬ ਕਿ ਮੌਕਾ ਨਹੀਂ ਮਿਲਿਆ। ਹੋ ਸਕਦਾ ਵਾ ਵੀ ਚੰਨੀ ਸਾਹਿਬ ਦੇ ਦਿਮਾਗ ਦੇ ਵਿੱਚ ਬਾਬਾ ਨਾਨਕ ਆਪ ਵੜ ਕੇ ਅਤੇ ਉਹਦੇ ਕੋਲ ਅਨਾਊਂਸ ਕਰਵਾ ਦੇਵੇ ਵੀ ਆਹ ਲਓ ਜੀ ਸੰਤੋਖ ਸਿੰਘ ਰੰਧਾਵਾ ਦੀ ਜਿਹੜੀ ਹੁਣ ਸੱਚੀ ਸ਼ਰਧਾਂਜਲੀ ਦੇ ਲਈ ਹਾਂ, ਬਟਾਲਾ ਜ਼ਿਲ੍ਹਾ ਐਲਾਨ ਕਰ ਦਿੰਦੇ ਹਾਂ। ਕਲਸੀ ਸਾਹਿਬ ਤੁਸੀਂ ਇਹ ਗੱਲ ਕਹੀਏ ਵੀ ਕਾਂਗਰਸ ਦਾ ਵੀ ਇਨਕਲਾਬ ਉਹਨਾਂ ਨੇ ਨਹੀਂ ਬਣਾਇਆ ਜਾਂ ਅਕਾਲੀਆਂ ਦੇ ਜਾਂ ਬੀਜੇਪੀ ਦੇ, ਹਾਂਜੀ, ਲੇਕਿਨ ਤੁਹਾਨੂੰ ਤਾਂ ਬੀਜੇਪੀ ਅਤੇ ਕਾਂਗਰਸ ਨੇ ਵੀ ਆਣ ਕੇ ਸਮਰਥਨ ਦਿੱਤਾ ਵਾ, ਹੁਣ ਤੁਸੀਂ ਉਹਦੇ ਬਾਰੇ ਕੀ? ਦੇਖੋ ਇਹ ਸਮਰਥਨ ਜਿਹੜਾ ਨਾ ਇਹ ਹੁਣ ਹਾਲ ਦੀ ਘੜੀ ਦਿੱਤਾ ਉਹਨਾਂ ਨੇ, ਪਿਛਲੇ 10 ਸਾਲਾਂ ਜਿਹੜੀ ਅਕਾਲੀ ਭਾਜਪਾ ਗੱਠਜੋੜ ਸੀ ਨਾ ਉਸਨੇ ਕੋਈ ਸਮਰਥਨ ਨਹੀਂ ਦਿੱਤਾ ਉਹਨਾਂ ਨੇ, ਅਤੇ ਜਿੱਦਾਂ ਸੇਵਾ ਸਿੰਘ ਸੇਫ ਉਹਦੀ ਘੜੀ ਕੋਠੀ ਦੇ ਵਿੱਚ ਹੀ ਬਾਦਲ ਸਾਹਿਬ ਆ ਕੇ ਬੈਠੇ ਰਹਿੰਦੇ ਆ, ਉੱਥੇ ਵੀ ਉਹਨਾਂ ਨੂੰ ਮੰਗ ਪੱਤਰ ਦਿੰਦੇ ਰਹੇ ਹਾਂ, ਬਹੁਤ ਕੁਝ ਕਰਦੇ ਰਹੇ ਹਾਂ, ਨਾ ਸੇਵਾ ਸਿੰਘ ਸੇਖਵਾਂ ਨੇ ਨਾ ਇੱਥੇ ਮਤਲਬ ਕਿਸੇ ਵੀ ਅਕਾਲੀ ਜਾਂ ਭਾਜਪਾ ਨੇ ਕੋਈ ਇੱਥੇ ਕੋਈ ਮਤਲਬ ਹੁੰਗਾਰਾ ਨਹੀਂ ਭਰਿਆ ਨਾ ਕੋਈ ਗੱਲ ਕੀਤੀ ਵੀ ਜ਼ਿਲ੍ਹਾ ਬਣਾਉਣ ਦੀ। ਉਸ ਟਾਈਮ 'ਤੇ ਜਦੋਂ ਕਾਂਗਰਸ ਸਰਕਾਰ ਸੀ
ਇਹਦੀ ਮਤਲਬ 2002 ਵਿੱਚ ਕੈਪਟਨ ਦੀ ਉਦੋਂ ਵੀ ਇਹੋ ਸੁੱਖੀ ਰੰਧਾਵਾ ਅਤੇ ਤ੍ਰਿਪਤ ਬਾਜਵਾ ਅਸ਼ਵਨੀ ਸੇਖੜੀ ਕਈ ਵਾਰੀ MLA ਬਣੇ ਕਈ ਵਾਰੀ ਮੰਤਰੀ ਬਣੇ ਨੇ ਪਰ ਇਹਨਾਂ ਨੇ ਅੱਜ ਤੱਕ 26 ਸਾਲਾਂ ਦੇ ਵਿੱਚ ਕਿਸੇ ਨੇ ਅੱਜ ਤੱਕ ਕੋਈ ਗੱਲ ਹੀ ਨਹੀਂ ਕੀਤੀ ਵੀ ਬਟਾਲਾ ਜਿਹੜਾ ਬਣਾਇਆ ਜਾਵੇ ਹੁਣ ਦੇਖੋ ਇਹਨਾਂ ਨੂੰ ਇਹ ਗੱਲ ਪਤਾ ਲੱਗ ਗਿਆ ਵਾ ਵੀ ਅੱਜ ਪੰਜਾਬ ਦੇ ਵਿੱਚ ਇਹ ਜਿਹੜੇ ਨਾ ਖੈਰੂ ਖੈਰੂ ਹੋ ਗਈ ਆ ਕਾਂਗਰਸ ਪਾਰਟੀ ਲੀਰੋ ਲੀਰੋ ਹੋਈ ਪਈ ਆ CM ਜਿਹੜਾ ਉਹ ਆਪਣੀ ਵੱਖਰੀ ਪਾਰਟੀ ਬਣ ਕੇ ਬਹਿ ਕੈਪਟਨ ਬਣਾ ਕੇ ਬਹਿ ਕੇ ਇਹਨੂੰ ਹੋਇਆ ਹੁਣ ਮੈਂ ਇਹਨਾਂ ਨੂੰ ਇਹੋ ਹੀ ਸੁਝਾਅ ਦਾਂਗਾ ਭਾਈ ਡੋਲਿਆਂ ਬੇਰਾਂ ਦਾ ਕੁਛ ਨਹੀਂ ਜੇ ਵਿਗੜਿਆ ਰੰਧਾਵਾ ਸਾਹਿਬ ਜੇ ਆਪਣੀ ਗੱਲ ਸਾਡੇ ਤੁਸੀਂ ਆਪ ਆ ਜਾਂਦੇ ਹੋ ਜੇ ਸਾਡਾ ਜ਼ਿਲ੍ਹਾ ਤਾਂ ਬਣ ਜਾਏਗਾ ਕੈਪਟਨ ਅਮਰਿੰਦਰ ਸਿੰਘ ਜ਼ਿਲ੍ਹਾ ਬਣਾ ਰਿਹਾ ਸੀ ਪ੍ਰਤਾਪ ਬਾਜਵਾ ਦੀ ਚਿੱਠੀ ਦੇ ਉੱਤੇ ਅਤੇ ਤੁਸੀਂ ਉਹਨਾਂ ਨੂੰ ਚਿੱਠੀਆਂ ਲੈ ਕੇ ਵਿਚਾਰੇ ਕਾ ਪ੍ਰਤਾਪ ਬਾਜਵਾ ਨੂੰ ਕ੍ਰੈਡਿਟ ਨਾ ਮਿਲੇ ਅਤੇ ਜੇ ਚਲੋ ਅਸੀਂ ਕਹਿੰਦੇ ਹਾਂ ਵੀ ਤੁਸੀਂ ਚਿੱਠੀਆਂ ਪਾਈਆਂ ਤੁਹਾਡਾ ਧੰਨਵਾਦ ਕਰਦੇ ਹਾਂ ਅਤੇ ਜੇ ਤੁਸੀਂ ਬਟਾਲਾ ਸੱਚੀ ਮੁੱਚੀ ਬਟਾਲਾ ਜ਼ਿਲ੍ਹਾ ਬਣਾਉਣ ਵਾਸਤੇ ਸੱਚੀਆਂ ਚਿੱਠੀਆਂ ਲਿਖੀਆਂ ਅਤੇ ਹੁਣ ਤਾਂ ਤੁਸੀਂ ਆਪ ਡਿਪਟੀ CM ਪਾਵਰ ਤੁਹਾਡੇ ਕੋਲ ਆ ਅਤੇ ਤੁਸੀਂ ਆਪ ਹੁਣ ਕਿਉਂ ਨਹੀਂ ਉਹਨਾਂ ਚਿੱਠੀਆਂ ਨੂੰ ਸਹੀ ਸਾਬਤ ਕਰਦੇ ਵੀ ਅਸੀਂ ਸੱਚੇ ਬਾਰੋਂ ਚਿੱਠੀਆਂ ਲਿਖੀਆਂ ਸੀ ਆ ਲਓ ਅਸੀਂ ਆਪਣੀਆਂ ਚਿੱਠੀਆਂ ਨੂੰ ਸਹੀ ਸਾਬਤ ਕਰਕੇ ਬਟਾਲਾ ਨੂੰ ਜ਼ਿਲ੍ਹਾ ਬਣਾ ਕੇ ਤੁਹਾਨੂੰ ਇੱਕ ਤੋਹਫਾ ਦੇ ਰਹੇ ਹਾਂ ਪੰਜਾਬ ਸ਼ਿਵ ਸੈਨਾ ਬਾਲ ਠਾਕਰੇ ਜਿਹੜੀ ਅੱਜ ਦੀ ਹੜਤਾਲ ਹੈ ਇਹ ਪੂਰਨ ਬੰਦ ਆ ਜਿਹੜੀ ਅਸੀਂ ਤਿੰਨਾਂ ਪਾਰਟੀਆਂ ਨੇ ਸ਼ਿਵ ਸੈਨਾ ਬਾਲ ਠਾਕਰੇ ਆਜ਼ਾਦ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਨੇ ਦਿੱਤੀ ਸੀ ਇਹ ਲੋਕਾਂ ਨੇ ਪੂਰਨ ਰੋਲ 'ਚ ਬੰਦ ਕਰਕੇ ਚੰਨੀ ਸਰਕਾਰ ਦੇ ਜਿਹੜੇ ਦੋ ਮੰਤਰੀ ਆ ਉਹ ਅਤੇ ਇੱਕ MLA ਸਾਹਿਬ ਉਹਨਾਂ ਨੂੰ ਠੋਕ ਵਜਾ ਕੇ ਦੱਸਦਾ ਅਸੀਂ ਬਟਾਲੇ ਨੂੰ ਜ਼ਿਲ੍ਹੇ ਤੋਂ ਕੱਟ ਕੋਈ ਸਾਡੀ ਡਿਮਾਂਡ ਨਹੀਂ ਬਟਾਲਾ ਜ਼ਿਲ੍ਹਾ ਬਣਾਓ ਬਟਾਲਾ ਜਨਤਾ ਨੇ ਆਪਣਾ ਸਾਰਾ ਕਾਰੋਬਾਰ ਬੰਦ ਕਰਕੇ ਇਹ ਜਵਾਬ ਦਿੱਤਾ ਲੋਕਾਂ ਦੇ ਮੂੰਹ ਦਾ ਚਪੇੜ ਮਾਰੀ ਹੈ ਜਿਹੜੇ ਲੋਕ ਚਾਹੁੰਦੇ ਕਿ ਜ਼ਿਲ੍ਹਾ ਨਾ ਬਣੇ ਇਹ ਜਿਹੜੀ ਆ ਸਾਡੀ ਸਰਕਾਰ ਜਿਹੜੀ ਆ ਮੰਗ 24 ਘੰਟੇ 'ਚ ਨਹੀਂ ਬਣਦੀ ਤਾਂ ਅਸੀਂ ਅਮਰਨਾਥ ਸ਼ੁਰੂ ਕਰਾਂਗੇ ਭੁੱਖ ਹੜਤਾਲ 24 ਘੰਟੇ ਦੀ ਕਰਾਂਗੇ ਨਾਲ ਹੀ ਜਿਹੜਾ ਵਾ ਆਤਮਦਾਰ ਪ੍ਰੋਗਰਾਮ ਬਣਾਇਆ ਜਾਊਗਾ ਸਰ ਕੌਣ ਚਾਹੁੰਦਾ ਜ਼ਿਲ੍ਹਾ ਨਾ ਬਣੇ ਕੁਝ ਸ਼ਰਾਰਤੀ ਲੋਕ ਜਿਨ੍ਹਾਂ ਨੇ ਤਾਰ ਪਟੋਕੇ ਦਾ ਪ੍ਰੋਗਰਾਮ ਲਿਆ ਜੇਕਰ ਜ਼ਿਲ੍ਹਾ ਤਾਂ 2 ਮਹੀਨੇ ਪਹਿਲਾਂ ਹੀ ਬਣ ਜਾਣੀ ਤੁਸੀਂ ਵੀ ਸਿਆਣੇ ਤੁਸੀਂ ਵੀ ਸਿਆਣੇ ਆ ਜਿਨ੍ਹਾਂ ਚਿੱਠੀਆਂ ਲਿਖੀਆਂ ਅੱਜ ਉਹ ਉਹਨਾਂ ਲੋਕਾਂ ਕੋਲ ਫੁੱਲ ਪਾਵਰ ਨੇ ਜੇ ਅੱਜ ਚਾਹੁੰਦੇ ਤਾਂ ਖੁਦ ਮੁੱਖ ਜ਼ਿਲ੍ਹਾ ਬਣਾ ਸਕਦੇ 24 ਘੰਟਿਆਂ 'ਚ 24 ਮਿੰਟਾਂ 'ਚ ਬਣਾ ਦੇਣਾ ਉਹਨਾਂ ਦੀ ਕਿਹੜੀ ਵੱਡੀ ਗੱਲ ਆ ਆਹ CM ਸਾਹਿਬ ਵੀ ਉਹਨਾਂ ਦੇ ਘਰ ਆ ਰਹੇ ਆ 2 ਮਿੰਟ ਦਾ ਕੰਮ ਅੱਜ ਉੱਥੇ ਵੀ ਅਨਾਊਂਸ ਕਰਾ ਸਕਦੇ ਆ ਅੱਜ ਬਟਾਲਾ ਇੱਕ ਗਾਂਧੀ ਚੌਂਕ ਧਰਨਾ ਲੱਗਾ ਹੋਰ ਕਿੱਥੇ ਬੰਦ ਕੀਤਾ ਜੀ ਇਹ ਅੱਜ ਬਟਾਲਾ ਤਹਿਸੀਲ ਕੌਮੀ ਸਾਰਾ ਸ਼ਹਿਰ ਬੰਦ ਸੀ ਅੱਜ ਆਪਾਂ ਬੈਂਕ ਤੱਕ ਬੰਦ ਹੈ ਸਰਕਾਰੀ ਸਕੂਲ ਬੰਦ ਨੇ ਤਕਰੀਬਨ ਪ੍ਰਾਈਵੇਟ ਸਕੂਲ ਬੰਦ ਨੇ ਤਕਰੀਬਨ ਸਾਡੀ ਜਿੱਥੋਂ ਕੋਈ ਪਹੁੰਚ ਗਈ ਉਹ ਸਾਰਾ ਆਪਾਂ ਏਰੀਆ ਬੰਦ ਕਰਾਇਆ ਵਾ ਜਿਹੜੇ ਬਾਈਪਾਸ ਨੇ ਜੀ ਬਾਈਪਾਸ ਕੁਝ ਏਰੀਆ ਬੰਦ ਨੇ ਕੁਝ ਮਤਲਬ ਨਾਇਆ ਹੋ ਵਰਗੇ ਜੇ ਕੋਈ 4 ਮਾਵਾਂ 'ਚ ਕੋਟ ਘੁਰਾ ਵੀ ਗਿਆ ਤਾਂ ਉਹਦਾ ਕੀ ਮੁੱਲ ਆ ਮੁੱਲ ਮਾਵਾਂ ਦਾ ਜਿਹੜੇ ਸਾਰੇ ਰਿਜਣਗੇ ਇਹ ਬਟਾਲੇ ਸ਼ਹਿਰ ਦੀ ਜਨਤਾ ਨੇ ਮਾਰ ਇਹਨੇ ਦਾਲ ਬਣਾਈ ਆ ਤੇ ਬਾਬੇ ਨਾਨਕ ਦਾ ਲੰਗਰ ਚੱਲੂਗਾ ਤੇ 13-13 ਹੋ ਗਈ ਕਾਮੜ ਮਨਜੀਤ ਰਾਜ ਬਟਾਲਾ ਟ੍ਰੇਡ ਯੂਨੀਅਨ ਆਫ ਪੰਜਾਬ ਅਤੇ ਸਾਡੀਆਂ ਦਰਜਨਾਂ ਜਥੇਬੰਦੀਆਂ ਚੱਲਦੀਆਂ ਜਿਹੜੀਆਂ ਹੈਗੀਆਂ ਪਾਰਟੀ ਵੱਲੋਂ ਅਸੀਂ ਜ਼ਿਲ੍ਹਾ ਸੰਘਰਸ਼ ਕਮੇਟੀ ਦਾ ਸਮਰਥਨ ਕਰਦੇ ਪਏ ਹਾਂ 4 ਦਿਨ ਤੋਂ ਲਗਾਤਾਰ ਇਹ ਵੀ ਕਹਿ ਰਹੇ ਹਾਂ ਕਿ ਬਟਾਲੇ ਨੂੰ ਜ਼ਿਲ੍ਹਾ ਸਰਕਾਰ ਨੂੰ ਅਨਾਊਂਸ ਦੇਣਾ ਚਾਹੀਦਾ ਕਿਉਂਕਿ ਜਦੋਂ ਲੋਕਾਂ ਦਾ ਏਕਾ ਹੋ ਜੇ ਉਦੋਂ ਸਰਕਾਰ ਨੂੰ ਆਪਣੀ ਹਾਰ ਮੰਨ ਲੈਣੀ ਚਾਹੀਦੀ ਹੈ ਇਸ ਲਈ ਕਿ ਜ਼ਿਲ੍ਹੇ ਦੇ ਵਿੱਚ ਜੇ ਦੇਖੀਏ ਤਾਂ ਸਾਰੇ ਬਟਾਲਾ ਦੇ ਵਿੱਚ ਅੱਜ ਜੋ ਮੈਂ ਆਪ ਖੁਦ ਰੌਣ ਕੱਢ ਕੇ ਆਇਆ ਪੂਰਾ ਬਟਾਲਾ ਜਿਹੜਾ ਵਾ ਟੋਟਲ ਬੰਦ ਦੇ ਸਮਰਥਨ 'ਚ ਆ ਅੱਜ ਸੰਘਰਸ਼ ਕਮੇਟੀ ਦੀ ਬੜੀ ਵੱਡੀ ਜਿੱਤ ਆ ਜਿਹੜੀ ਇਹ ਬੰਦ ਆ ਅਤੇ ਚੰਨੀ ਸਰਕਾਰ ਨੂੰ ਆਪਣੀ ਹਾਰ ਮੰਨ ਲੈਣੀ ਚਾਹੀਦੀ ਆ ਅਤੇ ਜ਼ਿਲ੍ਹਾ ਅਨਾਊਂਸ ਦੇਣਾ ਚਾਹੀਦਾ ਬਟਾਲਾ 'ਚ ਗਾਂਧੀ ਚੌਂਕ 'ਚ ਜਿੱਥੇ ਬਟਾਲਾ ਬੰਦ ਕੀਤਾ ਗਿਆ ਹੈ ਉੱਥੇ ਇੱਕ ਵਿਸ਼ਾਲ ਧਰਨਾ ਜਿਹਦੇ 'ਚ ਵੱਖ ਵੱਖ ਪਾਰਟੀਆਂ ਵੱਲੋਂ ਹੁੰਗਾਰਾ ਵੀ ਦਿੱਤਾ ਗਿਆ ਹੈ ਉਹਨਾਂ ਦੀ ਮੰਗ ਹੈ ਵੀ ਕਰੀਬ 25-30 ਸਾਲ ਪੁਰਾਣੀ ਮੰਗ ਜਿਹੜੀ ਹੈ ਹੁਣ ਜਾਂਦੀ ਸਰਕਾਰ ਕਾਂਗਰਸ ਬਟਾਲੇ ਨੂੰ ਜ਼ਿਲ੍ਹਾ ਬਣਾਏ ਤਾਂ ਕਿ ਆਉਣ ਵਾਲੇ ਸਮੇਂ 'ਚ ਫਿਰ ਜਿਹੜਾ ਹੈ ਜਿਹੜੇ ਲੋਕ ਨੇ ਉਹ ਸਰਕਾਰ ਦੇ ਹਮਾਇਤੀ ਬਣਨਗੇ ਜਿਹੜੇ ਜ਼ਿਲ੍ਹਾ ਬਣਾਉਣਗੇ ਕਿਉਂਕਿ ਇਹ ਬੜੀ ਲੰਬੀ ਪੁਰਾਣੀ ਮੰਗ ਹੈ ਹੁਣ ਸਾਰਿਆਂ ਨੂੰ ਆਸ ਵੀ ਹੈ ਵੀ ਜਲਦ ਬਟਾਲਾ ਜਿਹੜਾ ਹੈ ਜ਼ਿਲ੍ਹਾ ਬਣਨ ਜਾ ਰਿਹਾ ਹੈ ਅੱਜ ਦੀ ਜਿਹੜਾ ਬਟਾਲੇ ਦਾ ਬੰਦ ਹੈ ਉਹ ਸ਼ਾਮ 4:30 ਵਜੇ ਤੱਕ ਬੰਦ ਰਹੇਗਾ ਮੈਂ ਵਨੀਤ ਗੋਇਲ ਦੇ ਨਾਲ ਜਤਿੰਦਰ ਕਦ ਅਜੀਤ ਵੈਬ ਟੀਵੀ ਬਟਾਲਾ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ
साडा ऑफिशियल चैनल डेली अजीत। इना ही नहीं, अजीत दे वीडियो हुण तुसीं एप्पल टीवी दे उत्ते भी वेख सकदे हो। ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज, पंजाब दी आवाज अजीत।